सर पास रिलेशन वाइज था पुल के नीचे, मुझे पता नहीं, मैं तो कोलेदारी करता हूँ सर। तो उसने चार पाँच आदमी मेरे को पकड़ के गली में लेके चला गया, तो मैं मारने लगा। तो मैं बोला भाई मारते क्यों हो, जो मेरे पास पैसा वैसा ले लो भाई। ऐसे मारा इधर मारा, पता नहीं कहाँ कहाँ मारा, मैं बेहोश हो गया। फिर हॉस्पिटल के बाद मैं हॉस्पिटल के बाहर बैठा था, तो डॉक्टर साहब को पर्ची कटवाया 10 रुपया की, कोई 10 रुपया दिया मेरे को चाय बोला। तो मैं पर्ची कटवाया तो डॉक्टर साहब बोला तुम्हें वहाँ पटियाला जाना पड़ेगा। मैं बाहर आके बैठ गया तो वहाँ पर कुर्सी लगा के वाहिगुरु जी का खालसा। अनिल कुमार नाम आ, देखो एक परदेसी बंदा, पंजाब च दिहाड़ी मजदूरी लई बहुत सारे परदेसी लोग आउंदे ने। स्टेशनां दे उत्ते बहुत सारे लोग इदां दे वी ने जिहड़े नशे करदे ने, मतलब सलूशन पींदे ने जां होर, मतलब उन्हां दा की काम उत्थे नेरे च कोई बंदा फड़ के इदां दा गरीब जिहा, उहदों 200-400 रुपये लुट लैणा ते लुट के आपदा नशा पूरा करना। उहनां लोकां ने इहनूं बेचारे नूं जिवें दसदा वी अंदर लिजा के उत्थे नेरे च कुट्टिया, कुट के इहदियां पछलियां अंदर पातियां, सारी पछली ਟੁੱਟ ਕੇ ਅੰਦਰ ਚਲੇ ਗਏ ਸੀ। ਡਾਕਟਰ ਸਾਹਿਬ ਦੱਸਣ ਮੁਤਾਬਕ ਜਿਹੜੀ ਆ ਪੱਥਰੀ ਆਪਣੀਆਂ ਰਿਬਸ ਹੁੰਦੀਆਂ ਨਾ, ਅਤੇ ਛਾਤੀ ਦੇ ਨਾਲ ਅੰਦਰ ਵਿੱਚ ਵੜ ਗਈਆਂ ਸੀ, ਬੰਦ ਹੋ ਗਈ ਸੀ, ਯਾਨੀ ਕਿ ਇੱਕ ਪਾਸੇ ਦਾ ਫੇਫੜਾ ਇਹਦਾ ਬੰਦ ਹੋ ਗਿਆ ਸੀਗਾ, ਇੱਕ ਪਾਸੇ ਦੇ ਫੇਫੜੇ ਨਾਲ ਹੀ ਸਾਹ ਲੈ ਰਿਹਾ ਸੀ। ਇਹਨੂੰ ਕੀ ਹੋਇਆ ਸੀ ਪੇਸ਼ੈਂਟ ਨੂੰ ਆਪਣੇ ਨੂੰ? ਇਹਦੇ ਬਾਈ ਕਿਸੇ ਨੇ ਕੋਈ ਸੱਟ ਮਾਰੀ ਹੋਈ ਸੀਗੀ, ਉਹਦੇ ਕਰਕੇ ਇਹਦੀ ਛਾਤੀ 'ਚ ਪਾਣੀ ਇਕੱਠਾ, ਬਲੱਡ ਇਕੱਠਾ ਹੋਇਆ ਸੀ ਅਤੇ ਹਵਾ ਭਰ ਗਈ ਹੋਈ ਸੀਗੀ, ਪੱਸੀਆਂ ਟੁੱਟ ਕੇ ਅੰਦਰ ਨੂੰ ਵੜੀਆਂ ਹੋਈਆਂ ਸੀ, ਜਿਹਦੇ ਕਰਕੇ ਛਾਤੀ 'ਚ ਪਾਣੀ ਅਤੇ ਹਵਾ ਭਰੀ ਹੋਈ ਸੀ ਇਹਦੇ, ਠੀਕ ਹੈ। ਕਿਉਂਕਿ ਸਾਹ ਬਹੁਤ ਔਖਾ ਸੀਗਾ ਅਤੇ ਪੱਸੇ ਦੇ ਕੀੜਾ 'ਚ ਇੱਥੇ ਕਾਫੀ ਕੀੜੇ ਪਏ ਸੀ ਕੰਨ 'ਚ ਇਹਦੇ, ਇਹ ਸੀਗਾ। ਅਤੇ ਹੁਣ ਰਿਕਵਰ ਹੋ ਗਿਆ, ਹੁਣ ਛਾਤੀ 'ਚੋਂ ਨਿਕਲ ਗਿਆ ਕੰਨ, ਬੰਦ ਕੰਨ ਨਿਕਲ ਗਿਆ, ਐਕਸਰੇ ਕਰਾਇਆ, ਐਕਸਰੇ ਬਹੁਤ ਵਧੀਆ ਹੋ ਗਿਆ, ਨੋਰਮਲ ਐਕਸਰੇ ਹੋ ਗਏ, ਜਿਵੇਂ ਆਪਣੇ ਤੁਹਾਡੇ ਮੇਰੇ ਐਕਸਰੇ ਉੱਦਾਂ ਦੇ ਐਕਸਰੇ ਹੋ ਗਏ, ਬਿਲਕੁਲ ਠੀਕ ਹੈ। ਗਰੀਬ ਦੀ ਜਾਨ ਬਚ ਗਈ। ਜਦੋਂ ਇੱਥੇ ਆਏ ਟੈਸਟ ਹੋਏ, ਪੁੱਤਲਾ ਡਾਕਟਰ ਸਾਹਿਬ ਉਹਨਾਂ ਨੇ ਚੈੱਕ ਕੀਤਾ, ਪਤਾ ਲੱਗਿਆ ਵੀ ਉਹ ਫੇਫੜਾ ਟੁੱਟਿਆ ਹੋਇਆ, ਫਿਰ ਇੱਕ ਟਿਊਬ ਪਾਈ ਗਈ, ਉਹ ਟਿਊਬ ਪਾ ਕੇ ਉਹਦੇ ਵਿੱਚ ਦੀ ਉਹ ਸਾਰਾ ਅੰਦਰੋਂ ਜਿਹੜਾ ਗੰਦ ਮੰਦ ਖੂਨ, ਕਾਲੇ ਰੰਗ ਦਾ ਖੂਨ ਹੀ ਕਰੀਬ 1.5 ਲੀਟਰ ਤੱਕ ਉਹੀ ਨਿਕਲਿਆ, ਅੰਦਰ ਜੰਮਿਆ ਪਿਆ ਸੀ ਵਿਚਾਰੇ ਦੇ। ਅਤੇ ਜੇ ਯਾਨੀ ਕਿ ਇਸ ਚੀਜ਼ 'ਚ ਡਿਲੇ ਹੋ ਜਾਂਦਾ 1-2 ਦਿਨ ਹੋਰ, ਤਾਂ ਇਨਫੈਕਸ਼ਨ ਇੰਨੀ ਅੰਦਰ ਵੱਧ ਜਾਣੀ ਸੀ, ਉਹਨੇ ਦੂਜਾ ਫੇਫੜਾ ਵੀ ਗਾਲ ਦੇਣਾ ਸੀ। ਅਤੇ ਇਸ ਤਰ੍ਹਾਂ ਦੇ ਗਰੀਬ ਬੰਦੇ ਦੀ ਵਿਚਾਰੇ ਦੀ ਉੱਥੇ ਕਿਤੇ ਇੱਦਾਂ ਫੁੱਟਪਾਥ 'ਤੇ ਮੌਤ ਹੋ ਜਾਂਦੀ ਆ, ਅਤੇ ਆ ਕੇ ਸਰਕਾਰੀ ਗੱਡੀ ਚੱਕ ਕੇ ਡੈੱਡ ਬੋਡੀ ਨੂੰ ਲੈ ਜਾਂਦੀ ਆ, ਜਿਉਂਦੇ ਨੂੰ ਤਾਂ ਕੋਈ ਚੱਕਦਾ ਨਹੀਂ ਗਾ। ਇੱਕ ਛੋਟਾ ਜਿਹਾ ਕਾਰਜ ਅਸੀਂ ਕੁਛ ਵੀ ਨਹੀਂ ਕੀਤਾ, ਇੱਕ ਕਿਸੇ ਵੀਰ ਨੇ ਉਪਰਾਲਾ ਕੀਤਾ, ਇਹਦੇ ਕੰਨ 'ਚ ਕੀੜੇ ਪਏ ਦੇਖ ਕੇ ਉਹ ਬੰਦੇ ਨੇ ਆਟੋ ਵਾਲੇ ਨੂੰ ਪੈਸੇ ਦੇ ਕੇ ਇਹਨੂੰ ਇੱਥੇ ਭੇਜ ਦਿੱਤਾ। ਇੱਥੇ ਆਏ ਨੂੰ ਅਸੀਂ ਮਿਲੇ, ਦੇਖਿਆ, ਕੀੜੇ ਕੱਢੇ, ਜ਼ਖਮ ਸਾਫ਼ ਕਰਤਾ, ਪਰ ਸਾਹ ਲੈਣ 'ਚ ਜਿਹੜੀ ਦਿੱਕਤ ਆ ਰਹੀ ਸੀ ਜ਼ਿਆਦਾ ਮੇਨ ਪ੍ਰੋਬਲਮ ਉਹ ਸੀਗੀ। ਅਤੇ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਨੇ, ਸਾਡੇ ਇੱਥੇ MDSS ਹੋਸਪਿਟਲ ਦੀ ਟੀਮ ਆ ਜਿਹੜੀ ਡਾਕਟਰਸ ਦੀ, ਉਹਨਾਂ ਨੇ ਚੈੱਕ ਕੀਤਾ, ਡਾਕਟਰ ਹੈਪੀ ਨੇ ਪਾਈਪ ਟਿਊਬ ਰਾਹੀਂ ਕਰਕੇ ਸਫਾਈ ਅੰਦਰੋਂ। ਅੱਜ ਇਹ ਵੀਰ ਦੇਖੋ 10-15 ਦਿਨਾਂ ਦੇ ਵਿੱਚ ਜਿਉਂਦਿਆਂ 'ਚ ਆ ਗਿਆ, ਅਤੇ ਹੁਣ ਇਹ ਹੱਥ ਪੇਰ ਮਾਰਨ ਲੱਗ ਗਿਆ, ਸੇਵਾ ਵੀ ਕਰਾਉਣ ਲੱਗ ਗਿਆ ਛੋਟੀ ਥੋੜ੍ਹੀ। ਜ਼ਿੰਦਗੀ ਦੇ ਵਿੱਚ ਅਸੀਂ ਤਾਂ ਸਿਰਫ ਇੱਕ ਛੋਟਾ ਜਿਹਾ ਹਿੱਸਾ ਵਾਂ, ਜ਼ਿੰਦਗੀ ਨੂੰ ਬਚਾਉਣ ਵਾਲਾ, ਜ਼ਿੰਦਗੀ ਨੂੰ ਖਤਮ ਅਤੇ ਵਧਾਉਣ ਵਾਲਾ ਉਹ ਉੱਪਰ ਵਾਲਾ ਹੀ ਆ, ਸਾਰਿਆਂ ਤੋਂ ਸਭ ਤੋਂ ਨਿਰਾਲਾ ਉਹੀ ਆ। ਬਸ ਅਸੀਂ ਭਾਗਾਂ ਵਾਲੇ ਹਾਂ ਵੀ ਸਾਨੂੰ ਉਹਨਾਂ ਨੇ ਡਿਊਟੀਆਂ 'ਤੇ ਲਾਇਆ ਹੋਇਆ। ਅੱਜ ਅਨਿਲ ਕੁਮਾਰ ਦੱਸਦਾ ਵੀ ਮੇਰੀ ਇੱਕ ਬੁੱਢੀ ਮਾਂ ਵਾ, ਅਸੀਂ ਜਾਣ ਕੇ ਪੁੱਛਦੇ ਸੀਗੇ ਵੀ ਤੂੰ ਕਿਤੇ ਨਸ਼ੇ ਤਾਂ ਨਹੀਂ ਕਰਦਾ, ਪਰ ਇਹ ਬੰਦਾ ਦੱਸਦਾ ਵੀ ਮੈਂ ਪੱਲੇਦਾਰੀ ਕਰਨ ਵਾਲਾ ਬੰਦਾ। ਇੱਦਾਂ ਦੇ ਬੰਦੇ ਵਿਚਾਰੇ ਗਰੀਬ ਐਂ ਛੋਟੀਆਂ ਛੋਟੀਆਂ ਲੁੱਟਾਂ ਖੋਹਾਂ ਦੇ ਵਿੱਚ, ਛਟਪੁੱਟ ਲੁੱਟਾਂ ਖੋਹਾਂ 'ਚ ਇੱਦਾਂ ਮਾਰੇ ਜਾਂਦੇ ਆ, ਨਾ ਤਾਂ ਕੋਈ ਕ੍ਰਾਈਮ ਦਾ ਕੇਸ ਬਣਦਾ, ਨਾ ਕੁਛ ਹੋਰ ਬਣਦਾ, ਹੈ ਸਿੱਧਾ ਸਿੱਧਾ ਇਹ ਮਰਡਰ ਹੀ ਸੀਗਾ, ਜੇ ਕਿਤੇ ਵਿਚਾਰਾ ਉੱਥੇ ਪਿਆ ਹੀ ਐਂ ਚਲੇ ਜਾਂਦਾ। ਅਤੇ ਉੱਥੇ ਇੱਕ ਲਵਾਰਸ ਲਾਸ਼ ਕਰਕੇ ਇਹਦਾ ਸੰਸਕਾਰ ਕਰ ਦੇਣਾ ਸੀ, ਇਹਨੂੰ ਕਿਸੇ ਨੇ ਪੁੱਛਣਾ ਨਹੀਂ ਸੀ। ਪੁਲਿਸ ਕੇ ਸਾਹਮਣੇ ਪਲੂਟ ਰਿਹਾ, ਪੁਲਿਸ ਖੜਾ ਹੋ ਕੇ ਦੇਖ ਰਿਹਾ, ਕੁਛ ਨਹੀਂ ਬੋਲ ਰਿਹਾ। ਤੁਹਾਡੇ ਪਾਸ ਕੋਈ ਆਧਾਰ ਕਾਰਡ ਕੁਛ ਹੈ? ਸਾਰਾ ਚੀਜ਼ ਚੱਲ ਗਿਆ ਬਾਬੂ ਜੀ, ਸਭ ਕੁਛ ਲੈ ਗਏ ਵੋ, ਕੁਛ ਵੀ ਨਹੀਂ, ਘਰ ਪੈ ਪਿੰਡ ਮੇ ਹੈ ਜੀ। गांव का नाम क्या है? भीट भगवानपुर। हैं? भीट भगवानपुर, थाना मधेपुर। भीट भगवानपुर, जिला मधुबनी। जिला मधुबनी और थाना मधेपुर। मधेपुर बिहार में पड़ता है? बिहार में। कोई बात नहीं, थोड़ा और तगड़े हो जाओ, फिर अभी भेजेंगे घर, ठीक है बाबूजी। मैं सोच सोच के ना मेरा दिमाग एकदम हट रहा है, मैं सोच रहा हूँ मैं जाऊँ अपने, 1 तारीख को माँ को फोन किया था, मैं 1 तारीख को ट्रेन पकड़ रहा हूँ बेटा, 16 तारीख अभी कल तेरा मैं फोन पे बात करवा दूंगा घर पे एक बार, क्योंकि पूरा तगड़ा हो जाए, अभी ट्यूब निकाला है तेरे यहाँ से ना, कहीं गांव में जाके फिर थोड़ा दिक्कत बढ़ गया, वहाँ पे इलाज नहीं होगा तेरा, इधर तो अभी हाँ अभी स्टिच भी लगे, अभी टांके लगे हुए हैं ना, अभी टांके भी नहीं कटे गए, तो अभी थोड़ा वेट करो बेटा, जिंदगी का सवाल है तुम्हारी, हम कल कोशिश करेंगे तुम्हारा माँ से बात कराएंगे, ठीक है? फोन ढूंढ लेंगे गूगल से वो, ठीक है, आपका नंबर। अरदास करो जी अनिल कुमार वास्ते, अनिल कुमार अपने घर जाके अपने दे विच रह सके। वाहिगुरु जी का खालसा, वाहिगुरु।